ਵੀਰ ਜੀ ਉੱਪਰ ਕੱਪੜੇ ਪਾਉਣ ਵਾਲੀ ਤਣੀ ਸੀਗੀ ਸਾਡੀ ਤੇ ਉਹ ਝੂੜਦੀ ਪਈ ਸੀ ਉਹਨੂੰ ਤੇ ਉਹ ਅਸੀਂ ਵੇਖੀ ਨਹੀਂ ਮੈਂ ਅੰਦਰ ਸੀਗੀ ਗੁੜੀਆ ਮੇਰੀ ਦੁਕਾਨ ਤੇ ਚੱਲੀ ਸੀ ਛੋਟੇ ਬੇਟੇ ਨੂੰ ਲੈ ਕੇ ਤੇ ਉਹ ਕਿਤੇ ਝੂਟੀ ਜਾਂਦੀ ਸੀ ਤਣੀ ਟੁੱਟ ਗਈ ਤੇ ਉਹ ਥੱਲੇ ਉੱਪਰੋਂ ਗਿਰਦੀ ਥੱਲੇ ਗਲੀ 'ਚ ਆ ਕੇ ਬੱਚੀ खड़ी सी बच्चों को थले नीचे डेक दिखती सी तो वह कहें भी मैं भी नाल जाना वा उतलिया ने पता नहीं लगा ये अंदर पे सीगे तो जो पता लगा तार तो उपर सुट के नीचे आके गिर के डिग पी ਕਿੰਨੀ ਕੁ ਸੱਟ ਲੱਗੀ ਉਹਦੇ ਸੱਟ ਵਾਵਾ ਕਾਫੀ ਲੱਗੀ ਆ ਗਮ ਸੰਮੀ ਹੋ ਗਈ ਸੀ ਜਮਾਂ ਜਦੋਂ ਲੈ ਕੇ ਗਿਆ ਹਸਪੀਟਲ ਤੇ ਹੁਣ ਕੀ ਕੰਡੀਸ਼ਨ ਆ ਉਹਦੀ ਵੀ ਮਾੜੀ ਜੀ ਠੀਕ ਆ ਵੀ ਇੰਨੀ ਵੀ ਨਹੀਂ ਹਜੇ ਕਹਿ ਸਕਦੇ ਵੀ ਪੇਟ ਦੇ ਸੋਜ ਆਈ ਪਈ ਹੈ ਸੱਟ ਬਹੁਤ ਜ਼ਿਆਦਾ ਲੱਗੀ ਬਹੁਤ ਪੈੜੀ ਹੱਥ ਟਿਗੀ ਆ ਤੇ ਕੀ ਕਹਿੰਦੇ ਡਾਕਟਰ ਜੀ ਹਾਂ ਤਾਂ ਕੁਝ ਨਹੀਂ ਕਹਿੰਦੇ ਜੀ ਦਾਖਲ ਆ ਬਸ बच्चे अपने भोलेपन खेड दौरान किसी न किसी हादसे नूं सद्दा दे ही दिंदे ने। इस तरह की एक खबर मोगा की गोबिंदगढ़ बस्ती तो सामने आ रही है जिथे एक 8 साल बच्ची छत तो डिगण कारण गंभीर जख्मी हो गई जिस तों बाद बच्ची नूं घरदिआं वल्लों इलाज लई नेड़े दे सिविल हस्पताल विच दाखल करवाया गया। काबिले गौर है कि बच्ची दे छत तों डिगण की सारी घटना सीसीटीवी कैमरे विच भी कैद हो गई। की नाम है तुहाडा? गुरमीत जी कित्थे रहिंदे हो तुसीं? गोबिंदगढ़ बस्ती विच। आज एक छोटी बच्ची छत तो डिगी है, किस तरह डिगी है? वो वीर जी उपर कपड़े पाने वाली तनी सी साड़ी तो वह झूड़ती पई सी उन्हू तो वह असी वेखी नहीं मैं अंदर सी गुड़िया मेरी दुकान पर चली सी छोटे बेटे लैके तो वह कि झूठी जाती सी तनी टुट गई तो वह थले उपरों गिरदी थले गली च आके बची। कितनी उम्र है बच्चे की? वो 7 साल की हैगी, थोड़ी दिमाग की थोड़ी हैगी सी, थोड़ा घट चलता से। मम्मी पापा की करते थे? मम्मी तो घर च काम करती है ते पापा भी दिहाड़ी दप्पा ही करते हैं। ते कितनी सट लगी उहदे? सट वावा काफी लगी आ, गम सम्मी हो गई सी जमां जदों लैके गया हॉस्पिटल। ते हुण की कंडीशन आ उहदी? वी माड़ी जी ठीक आ, वी इन्नी भी नहीं हजे कह सकदे वी पेट दे सोज आई पई है। हांजी भाजी की नाम है तुहाडा? बलजीत कौर। बलजीत कौर जी कित्थे रहिंदे हो तुसीं? जी असी तसलीना पिंड जी मोगे, मेरी गुड़िया ब्याईया दो, एक घर नाल भूआ जी, तो उन्होंने गुड़िया सत्त तो डिग पी आ, 8 साल की लड़की आ नीता। तो किस तरह डिगी छत तो जी? जी वह तार दे नाल खड़ी सी बच्चों को थले नीचे डेक दिखती सी तो वह कहें भी मैं भी नाल जाना वा उतलिया ने पता नहीं लगा ये अंदर पे सीगे तो जो पता लगा तार तो उपर सुट के नीचे आके गिर के डिग पी। तो कितनी सट लगी जी? सट बहुत ज़्यादा लगी, बहुत भैड़ी हालत डिगी आई। तो कितने एडमिट किया जी? हाँ जी। कितने दाखिल किया जी? मेडी सिटी जी। तो की कहें डॉक्टर जी? अब तो कुछ नहीं कहते जी, दाखिल आ बस। किन्ने भैन भाई है जी जो बच्चा गिरा? दो ही आ, लड़की तो लड़का। मोगा तो संजीव अरोड़ा की रिपोर्ट, रंगला टीवी। वो वीर जी उपर कपड़े पाने वाली तनी सी साड़ी तो वह झूठती पई सी उन्हू
ਤੇ ਉਹ ਅਸੀਂ ਵੇਖੀ ਨਹੀਂ ਮੈਂ ਅੰਦਰ ਸੀਗੀ ਗੁੜੀਆ ਮੇਰੀ ਦੁਕਾਨ ਤੇ ਚੱਲੀ ਸੀ ਛੋਟੇ ਬੇਟੇ ਨੂੰ ਲੈ ਕੇ ਤੇ ਉਹ ਕਿਤੇ ਝੁੱਟੀ ਜਾਂਦੀ ਸੀ ਤਣੀ ਟੁੱਟ ਗਈ ਤੇ ਉਹ ਥੱਲੇ ਉੱਪਰੋਂ ਗੈਂਦੀ ਥੱਲੇ ਗਲੀ 'ਚ ਆ ਕੇ ਬੱਚੀ ਖੜੀ ਸੀ ਬੱਚਿਆਂ ਨੂੰ ਥੱਲੇ ਨੀਚੇ ਡੇਕ ਦਿਖਦੀ ਸੀ ਤੇ ਉਹ ਕਹਿੰਦੇ ਵੀ ਮੈਂ ਵੀ ਨਾਲ ਜਾਣਾ ਵਾ ਉਤਲੇ ਨੇ ਪਤਾ ਨਹੀਂ ਲੱਗਾ ਇਹ ਅੰਦਰ ਪਏ ਸੀਗੇ ਤੇ ਜਦੋਂ ਪਤਾ ਲੱਗਾ ਧਾਰ ਤੋਂ ਉੱਪਰ ਸੁੱਟ ਕੇ ਨੀਚੇ ਆ ਕੇ ਗਿਰ ਕੇ ਡਿੱਗ ਪਈ ਤੇ ਕਿੰਨੀ ਕੁ ਸੱਟ ਲੱਗੀ ਉਹਦੇ ਸੱਟ ਵਾਵਾ ਕਾਫੀ ਲੱਗੀ ਆ ਗਮ ਸਮੀ ਹੋ ਗਈ ਸੀ ਜਮਾਂ ਜਦੋਂ ਲੈ ਕੇ ਗਿਆ ਹਸਪੀਟਲ ਤੇ ਹੁਣ ਕੀ ਕੰਡੀਸ਼ਨ ਆ ਉਹਦੀ ਵੀ ਮਾੜੀ ਜੀ ਠੀਕ ਆ ਵੀ ਇੰਨੀ ਵੀ ਨਹੀਂ ਹਜੇ ਕਹਿ ਸਕਦੇ ਵੀ ਪੇਟ ਦੇ ਸੋਜ ਆਈ ਪਈ ਹੈ ਸੱਟ ਬਹੁਤ ਜ਼ਿਆਦਾ ਲੱਗੀ ਬਹੁਤ ਭੜੀ ਹੱਥ ਟਿੱਗੀ ਆ ਜੀ ਤੇ ਕੀ ਕਹਿੰਦੇ ਡਾਕਟਰ ਜੀ ਹਾਂ ਤਾਂ ਕੁਛ ਨਹੀਂ ਕਹਿੰਦੇ ਜੀ ਦਾਖਲ ਆ ਬਸ ਬੱਚੇ ਆਪਣੇ ਭੋਲੇਪਣ ਵਿੱਚ ਖੇਡ ਦੌਰਾਨ ਕਿਸੇ ਨਾ ਕਿਸੇ ਹਾਦਸੇ ਨੂੰ ਸੱਦਾ ਦੇ ਹੀ ਦਿੰਦੇ ਨੇ ਇਸੇ ਤਰ੍ਹਾਂ ਦੀ ਇੱਕ ਖਬਰ ਮੋਗਾ ਦੀ ਗੋਬਿੰਦਗੜ੍ਹ ਬਸਤੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 8 ਸਾਲਾ ਬੱਚੀ ਛੱਤ ਤੋਂ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਈ ਜਿਸ ਤੋਂ ਬਾਅਦ ਬੱਚੀ ਨੂੰ ਘਰਦਿਆਂ ਵੱਲੋਂ ਇਲਾਜ ਲਈ ਨੇੜੇ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਾਬਿਲੇ ਗੌਰ ਹੈ ਕਿ ਬੱਚੀ ਦੇ ਛੱਤ ਤੋਂ ਡਿੱਗਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਪੰਜ ਕੀ ਨਾਮ ਹੈ ਤੁਹਾਡਾ ਗੁਰਮੀਤ ਕੌਰ ਗੁਰਮੀਤ ਜੀ ਕਿੱਥੇ ਰਹਿੰਦੇ ਹੋ ਤੁਸੀਂ ਗੋਬਿੰਦਗੜ੍ਹ ਬਸਤੀ ਵਿੱਚ ਤੇ ਅੱਜ ਇੱਕ ਛੋਟੀ ਬੱਚੀ ਛੱਤ ਤੋਂ ਡਿੱਗੀ ਹੈ ਕਿਸ ਤਰ੍ਹਾਂ ਡਿੱਗੀ ਹੈ ਉਹ ਵੀਰ ਜੀ ਉੱਪਰ ਕੱਪੜੇ ਪਾਉਣ ਵਾਲੀ ਤਣੀ ਸੀਗੀ ਸਾਡੀ ਤੇ ਉਹ ਝੂੜਦੀ ਪਈ ਸੀ ਉਹਨੂੰ ਤੇ ਉਹ ਅਸੀਂ ਵੇਖੀ ਨਹੀਂ ਮੈਂ ਅੰਦਰ ਸੀਗੀ ਗੁੜੀਆ ਮੇਰੀ ਦੁਕਾਨ ਤੇ ਚੱਲੀ ਸੀ ਛੋਟੇ ਬੇਟੇ ਨੂੰ ਲੈ ਕੇ ਤੇ ਉਹ ਕਿਤੇ ਝੁੱਟੀ ਜਾਂਦੀ ਸੀ ਤਣੀ ਟੁੱਟ ਗਈ ਤੇ ਉਹ ਥੱਲੇ ਉੱਪਰੋਂ ਗੈਂਦੀ ਥੱਲੇ ਗਲੀ 'ਚ ਆ ਕੇ ਵੱਜੀ ਕਿੰਨੀ ਕੁ ਉਮਰ ਹੈ ਬੱਚੇ ਦੀ ਉਹ 7 ਕੁ ਸਾਲ ਦੀ ਹੈਗੀ ਥੋੜ੍ਹੀ ਦਿਮਾਗ ਕੀ ਥੋੜ੍ਹੀ ਹੈਗੀ ਸੀਗੀ ਥੋੜ੍ਹਾ ਘੱਟ ਚੱਲਦਾ ਸੀ ਉਹਦਾ ਮੰਮੀ ਪਾਪਾ ਕੀ ਕਰਦੇ ਸੀ ਮੰਮੀ ਦਾ ਘਰਾਂ 'ਚ ਕੰਮ ਕਰਦੀ ਆ ਤੇ ਪਾਪਾ ਵੀ ਦਿਹਾੜੀ ਦੁੱਪਾ ਹੀ ਕਰਦੇ ਆ ਤੇ ਕਿੰਨੀ ਕੁ ਸੱਟ ਲੱਗੀ ਉਹਦੇ ਸੱਟ ਵਾਵਾ ਕਾਫੀ ਲੱਗੀ ਆ ਗਮ ਸਮੀ ਹੋ ਗਈ ਸੀ ਜਮਾਂ ਜਦੋਂ ਲੈ ਕੇ ਗਿਆ ਹਸਪੀਟਲ ਤੇ ਹੁਣ ਕੀ ਕੰਡੀਸ਼ਨ ਆ ਉਹਦੀ ਵੀ ਮਾੜੀ ਜੀ ਠੀਕ ਆ ਵੀ ਇੰਨੀ ਵੀ ਨਹੀਂ ਹਜੇ ਕਹਿ ਸਕਦੇ ਵੀ ਪੇਟ ਦੇ ਸੋਜ ਆਈ ਪਈ ਹੈ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਬਲਜੀਤ ਕੌਰ ਬਲਜੀਤ ਕੌਰ ਜੀ ਕਿੱਥੇ ਰਹਿੰਦੇ ਹੋ ਤੁਸੀਂ ਜੀ ਅਸੀਂ ਤਸਲੀਨਾ ਪਿੰਡ ਜੀ ਮੋਗੇ ਮੇਰੀ ਕਾਂ ਗੁੜੀਆ ਵਹਿਆਂ ਦੋ ਇੱਕ ਘਰ ਨਾਲ ਭੂਆ ਜੀ ਅਤੇ ਉਹਨਾਂ ਦੀ ਗੁੜੀਆ 7 ਤੋਂ ਡਿੱਗ ਪਈ ਆ 8 ਸਾਲ ਦੀ ਲੜਕੀ ਆ ਨੀਤਾ ਤੇ ਕਿਸ ਤਰ੍ਹਾਂ ਡਿੱਗੀ ਛੱਤ ਤੋਂ ਜੀ ਉਹ ਜੀ ਉਹ ਤਾਰ ਦੇ ਨਾਲ ਖੜੀ ਸੀ ਬੱਚਿਆਂ ਨੂੰ ਥੱਲੇ ਨੀਚੇ ਡੇਕ ਦਿਖਦੀ ਸੀ ਅਤੇ ਉਹ ਕਹਿੰਦੇ ਵੀ ਮੈਂ ਵੀ ਨਾਲ ਜਾਣਾ ਵਾ ਉਤਲੇ ਨੇ ਪਤਾ ਨਹੀਂ ਲੱਗਾ ਇਹ ਅੰਦਰ ਪਏ ਸੀਗੇ ਅਤੇ ਜਦੋਂ ਪਤਾ ਲੱਗਾ ਤਾਰ ਤੋਂ ਉੱਪਰ ਸੁੱਟ ਕੇ ਨੀਚੇ ਆ ਕੇ ਗਿਰ ਕੇ ਡਿੱਗ ਪਈ ਤੇ ਕਿੰਨੀ ਕੁ ਸੱਟ ਲੱਗੀ ਜੀ ਸੱਟ ਬਹੁਤ ਜ਼ਿਆਦਾ ਲੱਗੀ ਬਹੁਤ ਭੜੀ ਹੱਥ ਟਿੱਗੀ ਆ ਜੀ ਤੇ ਕਿੱਥੇ ਐਡਮਿਟ ਕੀਤਾ ਜੀ ਉਹਨੂੰ ਹਾਂਜੀ ਕਿੱਥੇ ਦਾਖਲ ਕੀਤਾ ਜੀ ਉਹਨੂੰ ਮੈਡੀ ਸਿਟੀ ਜੀ ਤੇ ਕੀ ਕਹਿੰਦੇ ਡਾਕਟਰ ਜੀ ਉਹ ਤਾਂ ਕੁਛ ਨਹੀਂ ਕਹਿੰਦੇ ਜੀ ਦਾਖਲ ਆ ਬਸ ਕਿੰਨੇ ਭੈਣ ਭਾਈ ਆ ਜੀ ਜਿਹੜਾ ਬੱਚਾ ਗਿਰਿਆ ਦੋ ਹੀ ਆ ਲੜਕੀ ਤੇ ਲੜਕਾ ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ ਰੰਗਲਾ ਟੀਵੀ।